ਤੁਸੀਂ ਜੁੜੇ ਹੋਏ ਹੋ ਸਕਰੋਲ ਪੰਜਾਬ ਦੇ ਨਾਲ ਤੇ ਮੈਂ ਹਾਂ ਸੁਖਪੱਟੀਵਾਲ ਬੀਤੇ ਕੱਲ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਨੇ ਤਾਂ ਚੋਣਾਂ ਤੋਂ ਬਾਅਦ ਹੋਣ ਇੱਕ ਵੱਡੇ ਘਟਾਲੇ ਦਾ ਜਿਹੜਾ ਪਰਦਾਫਾਸ਼ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਕੱਲ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਨੇ ਪਰ ਚੋਣਾਂ ਤੋਂ ਅਗਲੇ ਹੀ ਦਿਨ ਇੱਕ ਵੱਡੀ ਕਾਰਵਾਈ ਹੋਈ ਆ ਵੱਡੇ ਪੰਜ ਅਫਸਰਾਂ ਤੇ ਗਾਜ ਡਿੱਗਦੀ ਨਜ਼ਰ ਆ ਰਹੀ ਆ ਐਫ ਆਈ ਆਰ ਦਰਜ ਕਰਨ ਦੇ ਹੁਕਮ ਹੋ ਚੁੱਕੇ ਨੇਗੇ ਕੋਟਾਲੇ ਦੇ ਵਿੱਚ ਤੇ ਇਹ ਅਫਸਰਾਂ ਦੇ ਖਿਲਾਫ ਕਾਰਵਾਈ ਕਰਕੇ ਜੇਲ੍ਹ ਤੱਕ ਭੇਜਿਆ ਜਾ ਸਕਦਾ ਤਾਂ ਤੁਹਾਨੂੰ ਦੱਸ ਰਿਹਾ ਕਿ ਵੱਡੀ ਕਾਰਵਾਈ ਚੋਣਾ ਤੋਂ ਅਗਲੇ ਹੀ ਦਿਨ 24 ਘੰਟੇ ਵੀ ਚੋਣਾ ਨੂੰ ਨਹੀਂ ਬੀਤੇ ਸੀ ਕਿ ਇੱਕ ਵੱਡਾ ਪਰਦਾ ਫਾਸ਼ ਹੋ ਜਾਂਦਾ ਇੱਕ ਵੱਡੇ ਕੋਟਾਲੇ ਦਾ ਜਿਸ ਨੂੰ ਲੈ ਕੇ ਹੁਣ ਚਾਰੇ ਪਾਸੇ ਵੱਡੀ ਚਰਚਾ ਛਿੜ ਗਈ ਆ ਦਰਸਲ ਪੰਜ ਵੱਡੇ ਅਫਸਰਾਂ ਤੇ ਕਾਰਵਾਈ ਹੋਈ ਆ ਤੇ ਬਾਦੂ ਭਰਤੀਆਂ ਰੱਦ ਕਰਨ ਦੇ ਜਿਹੜੇ ਹੁਕਮ ਨੇ ਉਹ ਜਾਰੀ ਕੀਤੇ ਗਏ ਨੇ ਦਰਸਲ ਜਿਹੜਾ ਮਾਮਲਾ ਫਿਰੋਜ਼ਪੁਰਾ ਮਨਰੇਗਾ ਭਰਤੀ ਕੁਟਾਲੇ ਨਾਲ ਜੁੜੀ ਹੋਈ ਇਹ ਖਬਰ ਹੈ ਪੂਰਾ ਮਾਮਲਾਗਾ ਜਿਸ ਦੇ ਵਿੱਚ ਪੰਜ ਵੱਡੇ ਅਫਸਰਾਂ ਤੇ ਗਾਜ ਡਿੱਗੀ ਆ ਕਿਉਂਕਿ ਸਾਲ 2018 2019 2020 ਤੇ 2021 ਦੌਰਾਨ ਇਹ ਭਰਤੀਆਂ ਦਾ ਜਿਹੜਾ ਕੁਟਾਲਾ ਹੋਇਆ ਪੰਚਾਇਤ ਵਿਭਾਗ ਦੇ ਵੱਲੋਂ ਜਿਹੜੀ ਹੁਣ ਇਹ ਕਾਰਵਾਈ ਕੀਤੀ ਗਈ ਆ ਫਿਰੋਜ਼ਪੁਰ ਦੇ ਉੱਚ ਅਧਿਕਾਰੀਆਂ ਦੇ ਖਿਲਾਫ ਇਸ ਮਾਮਲੇ ਨੂੰ ਲੈ ਕੇ ਹੁਣ ਕਾਰਵਾਈ ਕੀਤੀ ਗਈ ਆ ਨਕੇਲ ਕਸੀ ਗਈ ਆ ਤੇ ਬਾਦੂ ਭਰਤੀਆਂ ਰੱਦ ਕਰਨ ਦੇ ਜਿਹੜੇ ਹੁਕਮ ਨੇ ਉਹ ਵੀ ਜਾਰੀ ਕਰ ਦਿੱਤੇ ਗਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਕ ਵੱਡੀ ਕਾਰਵਾਈ ਹੋਈ ਆ ਚੋਣਾਂ ਤੋਂ ਤੁਰੰਤ ਬਾਅਦ ਕਿਉਂਕਿ ਕੱਲ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣਾਂ ਹੋਈਆਂ ਨੇ ਚੋਣਾਂ ਦੌਰਾਨ ਕਈ ਥਾਵਾਂ ਤੇ ਮਾਹੌਲ ਵੀ ਜਿਹੜਾ ਖਰਾਬ ਹੁੰਦਾ ਦੇਖਿਆ ਗਿਆ ਹਾਲਾਂਕਿ ਇਹ ਆਬਰੋ ਓਵਰਾਲ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਚੋਣਾਂ ਸਥਿਰਤਾ ਦੇ ਨਾਲ ਹੋਈਆਂ ਨੇ ਪਰ ਦੂਜੇ ਪਾਸੇ ਜਿਸ ਢੰਗ ਦੇ ਨਾਲ ਹੁਣ ਐਕਸ਼ਨ ਲਿਆ ਗਿਆ ਪੰਜ ਵੱਡੇ ਅਫਸਰਾਂ ਦੇ ਖਿਲਾਫ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਇੱਕ ਵੱਡੇ ਘੁਟਾਲੇ ਦਾ ਪਰਦਾ ਫਾਸ਼ ਹੋਇਆ ਦੱਸ ਦਈਏ ਕਿ ਜਦੋਂ ਪੰਜਾਬ ਦੇ ਵਿੱਚ ਇਸ ਤੋਂ ਪਹਿਲੀ ਸਰਕਾਰ ਸੀ ਤਾਂ ਘੁਟਾਲਿਆਂ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਸਰਕਾਰ ਨਿਸ਼ਾਨੇ ਤੇ ਰਹੀ ਹੈ ਕਈ ਲੀਡਰਾਂ ਤੇ ਘੁਟਾਲਿਆਂ ਦੇ ਇਲਜ਼ਾਮ ਲੱਗੇ ਨੇ ਕਈ ਲੀਡਰਾਂ ਤੇ ਘੁਟਾਲਿਆਂ ਦੇ ਇਲਜ਼ਾਮ ਲੱਗੇ ਨੇ ਇੱਥੋਂ ਤੱਕ ਕੇ ਇਹ ਇਹ ਕਾਰਵਾਈ ਪੰਜਾਬ ਦੇ ਮੌਜੂਦ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਦੇ ਭਾਂਜੇ ਭਪਿੰਦਰ ਹਣੀ ਤੇ ਵੀ ਹੋਈ ਸੀ ਭਪਿੰਦਰ ਹਣੀ ਦੇ ਘਰੋਂ ਉਹ ਜਿਹੜੀ ਵਾਧੂ ਰਕਮ ਫੜੀ ਗਈ ਸੀ ਕਰੀਬ 10 ਕਰੋੜ ਤਾਂ ਉਸ ਨੂੰ ਲੈ ਕੇ ਵੀ ਜਿਹੜੀ ਕਾਰਵਾਈ ਹੋਈ ਸੀ ਉਸ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਤਾਂ ਵਜੀਫਾ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਰੇਤ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਤਾਂ ਅਜਿਹੇ ਮਾਮਲਿਆਂ ਨੂੰ ਲੈ ਕੇ ਲਗਾਤਾਰ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਰਹੀ ਹਾਂ ਤਾਂ ਜੇ ਗੱਲ ਕਰ ਲਈ ਜਾਵੇ ਇਹ 2017 ਤੋਂ ਲੈ ਕੇ 2022 ਤੱਕ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੈ ਤਾਂ ਕਾਂਗਰਸ ਦੀ ਸਰਕਾਰ ਦੇ ਵਿੱਚ ਅਜਿਹੇ ਕਈ ਮਾਮਲੇ ਦੇਖਣ ਨੂੰ ਮਿਲੇ ਨੇ ਕਈ ਅਜਿਹੇ ਇਲਜ਼ਾਮ ਨੇ ਜਿਹੜੇ ਉਹ ਲੱਗੇ ਨੇ ਕਈ ਲੀਡਰਾਂ ਤੇ ਲੱਗੇ ਨੇ ਕਈ ਅਫਸਰਾਂ ਤੇ ਵੀ ਇਲਜ਼ਾਮਬਾਜ਼ੀ ਇਸ ਪ੍ਰਕਾਰ ਦੀ ਲੱਗੀ ਆ ਘੁਟਾਲਿਆਂ ਨੂੰ ਲੈ ਕੇ ਤਾਂ ਹੁਣ ਇੱਕ ਹੋਰ ਵੱਡੇ ਘੁਟਾਲੇ ਦਾ ਪਰਦਾ ਫਾਸ਼ ਹੋਇਆ ਤੇ ਪਰਦਾ ਫਾਸ਼ ਵੀ ਜਿਹੜਾ ਹੋਇਆ ਚੋਣਾਂ ਤੋਂ ਸਿਰਫ ਇੱਕ ਦਿਨ ਬਾਅਦ ਘੁਟਾਲੇ ਦਾ ਪਰਦਾ ਫਾਸ਼ ਹੁੰਦਾ ਤੇ ਜਿਹੜਾ ਘਟਾਲਾ ਇਹ ਘਟਾਲਾ ਵੀ ਸਾਹਮਣੇ ਉਹ ਉਸ ਵਕਤ ਦਾ ਆਉਂਦਾ ਜਦੋਂ ਪੰਜਾਬ ਦੇ ਵਿੱਚ ਕੈਪਟਨ ਦੀ ਸਰਕਾਰ ਸੀ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਦੱਸਦੀ ਏ ਕਿ ਇਹ 2017 ਤੋਂ 2022 ਦੀ ਤਰਨ ਦੌਰਾਨ ਕਰੀਬ 4.5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਤਾਂ ਉਸ ਦੌਰਾਨ ਦਾ ਹੀ ਇਹ ਜਿਹੜਾ ਮਾਮਲਾ ਇਹ ਘਟਾਲਾ ਜਿਹੜਾ ਸਾਹਮਣੇ ਆਇਆ ਜਿਸ ਦੇ ਖਿਲਾਫ ਜਿਸ ਮਾਮਲੇ ਦੇ ਵਿੱਚ ਹੁਣ ਇੱਕ ਵੱਡੀ ਕਾਰਵਾਈ ਹੋਈ ਆ ਪੰਜ ਵੱਡੇ ਅਫਸਰਾਂ ਤੇ ਜਿਹੜਾ ਹੁਣ ਗਾਜ ਡਿਗਦੀ ਨਜ਼ਰ ਆ ਰਹੀ ਆ 2118 2119 2121 ਤੇ 2122 ਦੇ ਦੌਰਾਨ ਜਿਹੜੇ ਇਹ ਕੁਟਾਲੇ ਹੋਏ ਨੇ ਪਿੰਡੂ ਵਿਕਾਸ ਵਿਭਾਗ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਐਕਸ਼ਨ ਲੈਂਦੇ ਹੋਏ ਕਾਰਵਾਈ ਕਰਵਾਈ ਗਈ ਆ ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਬਿਨਾਂ ਮਨਜ਼ੂਰੀ ਤੋਂ ਬਾਦੂ ਭਰਤੀਆਂ ਕਰਨ ਉੱਤਰ ਪਾਤਰੀਆਂ ਦੇ ਨਾਲ ਛੇੜਛਾੜ ਪ੍ਰੀਖਿਆ ਦੌਰਾਨ ਗੈਰ ਹਾਜ਼ਰ ਰਹੇ ਉਮੀਦਵਾਰਾਂ ਦੀ ਚੋਣ ਤੱਕ ਕਰ ਦਿੱਤੀ ਗਈ ਸੀ ਤਾਂ ਵੱਡੇ ਖੁਲਾਸੇ ਇਸ ਮਾਮਲੇ ਦੇ ਵਿੱਚ ਹੋਏ ਨੇ ਦੱਸ ਦਈਏ ਕਿ 2 ਗ੍ਰਾਮ ਰੋਜ਼ਗਾਰ ਸੇਵਕ ਤੇ ਇੱਕ ਸਹਾਇਕ ਨੂੰ ਜਿਹੜਾ ਵਰਖਾਸਤ ਵੀ ਕਰ ਦਿੱਤਾ ਗਿਆ ਹੈ ਕਿਉਂਕਿ ਜਿਨ੍ਹਾਂ ਨੇ ਪ੍ਰੀਖਿਆ ਵੀ ਨਹੀਂ ਦਿੱਤੀ ਸੀ ਤੇ ਸਿੱਧਾ ਭਰਤੀ ਕਰ ਦਿੱਤੇ ਗਿਆ ਸੀ ਤਾਂ ਟੋਟਲ ਮਿਲ ਕੇ ਇਸ ਮਾਮਲੇ ਦੇ ਵਿੱਚ ਹੁਣ 5 ਵੱਡੇ ਅਫਸਰਾਂ ਤੇ ਜਿਹੜੀ ਕਾਰਵਾਈ ਆ ਉਹ ਕੀਤੀ ਗਈ ਆ ਫਿਰੋਜ਼ਪੁਰ ਦੇ ਉੱਚ ਅਧਿਕਾਰੀਆਂ ਦੇ ਖਿਲਾਫ ਇੱਕ ਕਾਰਵਾਈ ਹੋਈ ਆ ਤੇ ਹੁਕਮ ਦੇ ਦਿੱਤੇ ਗਏ ਨੇ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਮਾਮਲੇ ਦੀ ਜਾਂਚ ਕਰਨ ਦੇ ਤਾਂ ਜੇ ਫਿਰ ਮਾਮਲੇ ਦੇ ਵਿੱਚ ਹੁਣ ਇਹ ਦੋਸ਼ੀ ਪਾਏ ਜਾਂਦੇ ਨੇ ਤਾਂ ਫਿਰ ਇੱਕ ਵੱਡੀ ਕਾਰਵਾਈ ਇਹਨਾਂ ਦੇ ਖਿਲਾਫ ਹੋਵੇਗੀ ਇੱਥੋਂ ਤੱਕ ਕਿ ਜੁਰਮਾਨੇ ਸਮੇਤ ਜੇਲ੍ਹ ਵੀ ਭੇਜਿਆ ਜਾ ਸਕਦਾ ਤੇ ਨੌਕਰੀ ਵੀ ਇਹਨਾਂ ਦੀ ਖਾਤਰੇ ਦੇ ਵਿੱਚ ਜਬਤੀ ਹ ਤਾਂ ਹੁਣ ਜੇ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਏ ਜਾਂਦੇ ਨੇ ਤਾਂ ਫਿਰ ਨੌਕਰੀ ਤੋਂ ਹੱਤ ਵੀ ਹੁਣਾ ਪਵੇਗਾ ਤੇ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਆ ਤਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਘੰਟੇ ਬਾਅਦ ਵੱਡੀ ਕਾਰਵਾਈ ਵੱਡੇ ਐਕਸ਼ਨ ਪੰਜਾਬ ਦੇ ਵਿੱਚ ਹੋਣ ਲੱਗੇ ਨੇ ਤਾਂ ਹੁਣ ਸਵਾਲ ਉੱਠ ਰਹੇ ਨੇ ਕਿ ਜਦੋਂ ਪੰਜਾਬ ਦੇ ਵਿੱਚ ਸਰਕਾਰ ਸੀ ਕਾਂਗਰਸ ਪੰਜਾਬ ਦੇ ਵਿੱਚ ਸੱਤਾ ਸੀ ਤਾਂ ਉਸ ਵਕਤ ਕਿਉਂ ਕਾਰਵਾਈ ਨਹੀਂ ਹੋਈ ਸਰਕਾਰ ਕਿਉਂ ਇਹਨਾਂ ਮਾਮਲਿਆਂ ਤੇ ਚੁੱਪ ਸੀ ਕਿਉਂਕਿ ਜੇ ਸਰਕਾਰ ਇੱਕ ਕਹਿ ਸਕਦੇ ਆ ਕਿ ਸਰਕਾਰ ਨੂੰ ਨਾ ਪਤਾ ਹੋਵੇ ਪਰ ਜੇ ਸਰਕਾਰ ਨੂੰ ਨਾ ਪਤਾ ਹੁੰਦਾ ਤਾਂ ਫਿਰ ਇੰਨੀ ਛੇਤੀ ਕਾਰਵਾਈ ਕਿਵੇਂ ਹੋ ਸਕਦੀ ਆ ਚੋਣਾਂ ਤੋਂ ਕੁਝ ਘੰਟੇ ਬਾਅਦ ਕਿਉਂਕਿ ਕੱਲ ਸ਼ਾਮ 6 ਵਜੇ ਪੰਜਾਬ ਦੇ ਵਿੱਚ ਚੋਣਾਂ ਖਤਮ ਹੁੰਦੀਆਂ ਨੇ ਤਾਂ 13 ਤੋਂ 14 ਘੰਟੇ ਬਾਅਦ ਹੀ ਇਹ ਮਾਮਲਾ ਸਾਹਮਣੇ ਆ ਜਾਂਦਾ ਇੱਕ ਵੱਡੇ ਘਟਾਲੇ ਦਾ ਪਰਦਾਫਾਸ਼ ਹੋ ਜਾਂਦਾ ਜਿਸ ਦੇ ਵਿੱਚ ਪੰਜ ਵੱਡੇ ਅਫਸਰਾਂ ਤੇ ਗਾਜ ਦਿਗਦੀ ਹੈ ਦੱਸ ਦਈਏ ਕਿ ਜਦੋਂ ਇਹ ਅਕਸਰ ਘਟਾਲਿਆਂ ਦੇ ਮਾਮਲੇ ਨੇ ਜਿਹੜੇ ਇਹ ਪੰਜਾਬ ਦੇ ਵਿੱਚੋਂ ਸਾਹਮਣੇ ਆਏ ਨੇ ਕਈ ਲੀਡਰਾਂ ਤੇ ਇਹ ਕਈ ਅਫਸਰਾਂ ਤੇ ਇਲਜ਼ਾਮ ਲੱਗਦੇ ਰਹੇ ਨੇ ਪਰ ਹੁਣ ਐਕਸ਼ਨ ਹੋਂ ਤੱਕ ਨਹੀਂ ਦੇਖਿਆ ਗਿਆ ਸੀ ਪਰ ਹੁਣ ਵੋਟਾਂ ਦੇ ਤੁਰੰਤ ਬਾਅਦ ਐਕਸ਼ਨ ਨਜ਼ਰ ਆਉਣ ਲੱਗਿਆ ਐਕਸ਼ਨ ਦੇ ਵਿੱਚ ਪ੍ਰਸ਼ਾਸਨ ਨਜ਼ਰ ਆ ਰਿਹਾ ਪੰਜ ਵੱਡੇ ਅਫਸਰਾਂ ਤੇ ਜਿਹੜੀ ਹੁਣ ਗਾਜਾ ਉਹ ਦਿਗ ਚੁੱਕੀ ਆ